ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਕੋਟਕਪੁਰੇ ਦੇ ਵਿੱਚ ਜਿਹੜਾ ਢੱਠੇ ਅਤੇ ਗਾਵਾਂ ਦਾ ਜਿਹੜਾ ਹੈਗਾ ਬਹੁਤ ਜ਼ੋਰ ਫੜਿਆ ਹੋਇਆ, ਕਿਤੇ ਜਾਨੀ ਨੁਕਸਾਨ ਕਰਦੇ, ਕਿਤੇ ਮਾਲੀ ਨੁਕਸਾਨ ਕਰਦੇ ਆ, ਉਸ ਦੀਆਂ ਤਸਵੀਰਾਂ ਦਿਖਾ ਰਿਹਾ। ਹਾਲਾਂਕਿ ਜਿਹੜਾ ਹਨੇਰਾ ਹੋਣ ਕਰਕੇ ਜਿਹੜੀਆਂ ਇਹਦੀਆਂ ਤਸਵੀਰਾਂ ਤੁਹਾਨੂੰ ਸਾਫ਼ ਨਹੀਂ ਦਿਖਾ ਸਕਦੇ, ਪਰ ਫਿਲਹਾਲ ਜਿਹੜਾ ਹੈਗਾ ਸਕੂਟਰੀ ਦਾ ਬਿਲਕੁਲ ਹੀ ਨੁਕਸਾਨ ਹੋ ਗਿਆ, ਸਕੂਟਰੀ ਦਾ ਬਿਲਕੁਲ ਉਹਦਾ ਹੈਂਡਲ ਜਿਹੜਾ ਹੈਗਾ ਬਿਲਕੁਲ ਵਿੰਗਾ ਹੋ ਗਿਆ। ਔਰ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਬਾਈਕ ਜਿਹੜੀ ਹੈਗੀ ਹੈ ਇਸ ਤਰ੍ਹਾਂ ਉਹਦੇ ਵਿੱਚ ਵਿੰਗੀ ਹੋਈ ਹੈ, ਜਿਸ ਤਰ੍ਹਾਂ ਜਿਹੜਾ ਹੈਗਾ ਉਹ ਟ੍ਰੇਨ ਦੇ ਨੀਚੇ ਆਈ ਹੋਵੇ। ਔਰ ਇਹ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਿ ਇੱਕ ਢੱਠਿਆਂ ਦੀ ਆਪਸ 'ਚ ਲੜਾਈ ਨੂੰ ਲੈ ਕੇ ਇੱਕ ਬਾਈਕ ਜਿਹੜੀ ਹੈਗੀ ਹੈ ਬਿਲਕੁਲ ਨੁਕਸਾਨੀ ਗਈ ਹੈ। ਇਹ ਬਾਈਕ ਦੇ ਜਿਹੜੇ ਹੈਗੇ, ਹਾਲਾਂਕਿ ਤਸਵੀਰਾਂ ਤੁਹਾਨੂੰ ਪ੍ਰੋਪਰ ਨਹੀਂ ਦਿਖਾ ਸਕਦੇ ਹਨੇਰਾ ਹੋਣ ਕਾਰਨ, ਪ੍ਰੋਪਰ ਤੁਹਾਨੂੰ ਤਸਵੀਰਾਂ ਨਹੀਂ ਦਿਖਾ ਸਕਦੇ ਹਨੇਰਾ ਹੋਣ ਕਰਕੇ, ਪਰ ਜਿੱਥੋਂ ਤੱਕ ਜਿਹੜਾ ਹੈਗਾ ਨੁਕਸਾਨੀ ਹੋਈ ਜਿਹੜੀ ਬਾਈਕ ਤੁਹਾਨੂੰ ਉਹ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਸਮਾਂ ਜਿਹੜਾ ਹੈਗਾ ਕਾਫੀ ਜਿਹੜਾ ਹੈਗਾ ਹਨੇਰਾ ਹੋ ਗਿਆ, ਪਰ ਹਨੇਰੇ ਦੇ ਦੌਰਾਨ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਢੱਠਿਆਂ ਦੀ ਲੜਾਈ ਦੇ ਵਿੱਚ ਜਿਹੜੀ ਬਾਈਕ ਜਿਹੜੀ ਹੈਗੀ ਆ ਕਾਫੀ ਨੁਕਸਾਨ ਜਿਹੜਾ ਇਹਦਾ ਹੋਇਆ। ਔਰ ਜੇਕਰ ਇਹਦੇ ਹੈਂਡਲ ਦੀ ਗੱਲ ਕਰੀਏ, ਹੈਂਡਲ ਵੀ ਇਹਦਾ ਹੈਗਾ ਬਿਲਕੁਲ ਜਿਹੜਾ ਹੈਗਾ ਉਹ ਘੁੰਮ ਨਹੀਂ ਰਿਹਾ। ਔਰ ਇਸ ਦੇ ਨਾਲ ਜਿਹੜੀ ਖੜ੍ਹੀ ਬਾਈਕ ਅਸੀਂ ਉਹਦੀ ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ, ਉਹ ਜਿਹੜੀ ਦੂਸਰੀ ਬਾਈਕ ਹੈਗੀ ਹੈ ਬਿਲਕੁਲ ਜਿਹੜੀ ਹੈਗੀ ਉਹ ਨੁਕਸਾਨੀ ਗਈ ਹੈ। ਉਹਦੇ ਵਿੱਚ ਦੂਸਰੀ ਬਾਈਕ ਦੀਆਂ ਜਿਹੜੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੇ ਢੱਠਿਆਂ ਦੀ ਲੜਾਈ ਦੇ ਵਿੱਚ ਦੋਨੋਂ ਨਵੀਆਂ ਬਾਈਕ ਜਿਹੜੀਆਂ ਹੈਗੀਆਂ ਬਿਲਕੁਲ ਨੁਕਸਾਨੀਆਂ ਗਈਆਂ। ਜੇਕਰ ਨੁਕਸਾਨ ਦੀ ਗੱਲ ਕਰੀਏ ਤਾਂ ਕਾਫੀ ਜ਼ਿਆਦਾ ਨੁਕਸਾਨ ਜਿਹੜਾ ਉਹ ਤਸਵੀਰਾਂ ਦੇ ਵਿੱਚ ਦਿਖਾਉਣ ਦੀ ਤੁਹਾਨੂੰ ਮੈਂ ਕੋਸ਼ਿਸ਼ ਕਰ ਰਿਹਾ। ਹਾਲਾਂਕਿ ਹਨੇਰਾ ਹੋਣ ਕਾਰਨ ਜਿਹੜੀ ਇਹਦੀਆਂ ਤਸਵੀਰਾਂ ਤੁਹਾਨੂੰ ਪ੍ਰੋਪਰ ਨਹੀਂ ਦਿਖਾ ਸਕਦਾ ਮੈਂ, ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜਾ ਨੁਕਸਾਨ ਹੋਇਆ ਜਿਹੜਾ ਹੈਗਾ ਉਹ ਦਿਖਾਈ ਦੇ ਰਿਹਾ ਹੈ। ਜ਼ਿਆਦਾ ਗੱਲਬਾਤ ਕਰਾਂਗੇ ਇਹਨਾਂ ਦੇ ਜਿਹੜੇ ਮਾਲਕ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਜਿਹੜੇ ਢੱਠਿਆਂ ਦੀ ਲੜਾਈ ਦੇ ਵਿੱਚ ਜਿਹੜੀ ਬਾਈਕ ਜਿਹੜੀ ਹੈਗੀ ਹੈ ਉਹਦਾ ਕਾਫੀ ਜਿਹੜਾ ਨੁਕਸਾਨ ਹੋਇਆ, ਔਰ ਦੋਨੋਂ ਬਾਈਕ ਜਿਹੜੀ ਹੈਗੀਆਂ ਕਾਫੀ ਨੁਕਸਾਨੀਆਂ ਗਈਆਂ। ਹਾਲਾਂਕਿ ਜਿਹੜੇ ਵੀ ਇਹਦੇ ਸ਼ੀਸ਼ੇ ਜਿਹੜੇ ਵੀ ਹੈਗੇ ਆ ਉਹ ਅਗਲੇ ਪਿਛਲੇ ਸਾਰੇ ਸ਼ੀਸ਼ੇ ਜਿਹੜੇ ਹੈਗੇ ਆ ਉਹ ਕਰੈਕ ਹੋ ਗਏ ਆ, ਔਰ ਬਿਲਕੁਲ ਜਿਹੜਾ ਹੈਗਾ ਇਹਦਾ ਪਲਾਸਟਿਕ ਦਾ ਸਮਾਨ ਦੀ ਜੇ ਗੱਲ ਕਰੀਏ ਤਾਂ ਡੈਮੇਜ ਜਿਹੜਾ ਹੈਗਾ ਪਲਾਸਟਿਕ ਦਾ ਸਮਾਨ ਵੀ ਜਿਹੜਾ ਹੈਗਾ ਬਿਲਕੁਲ ਡੈਮੇਜ ਹੋ ਗਿਆ। ਗੱਲ ਕਰੀਏ ਜੇ ਗਊ ਟੈਕਸ ਦੀ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਪ੍ਰਸ਼ਾਸਨ ਕੋਲੋਂ ਟੈਕਸ ਲਾਉਣ ਦੇ ਬਾਵਜੂਦ ਵੀ ਜਿਹੜੀਆਂ ਗਾਵਾਂ ਢੱਠੇ ਜਿਹੜੇ ਹੈਗੇ ਉਹ ਸੰਭਾਲੇ ਨਹੀਂ ਜਾਂਦੇ। ਉਸ ਦਾ ਖਾਮਿਆਜ਼ਾ ਜਿਹੜਾ ਹੈਗਾ ਆਮ ਜਨਤਾ ਨੂੰ ਆਮ ਜਿਹੜੇ ਲੋਕਾਂ ਨੂੰ ਜਿਹੜਾ ਹੈਗਾ ਭਰਨਾ ਪੈਂਦਾ। ਜ਼ਿਆਦਾ ਗੱਲਬਾਤ ਕਰਦੇ ਹਾਂ ਅਸੀਂ ਜਿਹੜੇ ਬਾਈਕ ਦੇ ਮਾਲਕ ਹੈਗੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਉਹ ਇਹਦੇ ਬਾਰੇ ਕੀ ਜਾਣਕਾਰੀ ਦਿੰਦੇ ਆ।
ਤਸਵੀਰਾਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਾਤ ਸਮੇਂ ਜਿਹੜੇ ਹੈਗਾ ਇਕੱਠੇ ਬਿਲਕੁਲ ਰੋਡਾਂ 'ਤੇ ਘੁੰਮ ਰਹੇ ਆ, ਔਰ ਕਿਤੇ ਨਾ ਕਿਤੇ ਜਿਹੜਾ ਹੈਗਾ ਪੂਰਾ ਹਨੇਰਾ ਹੋ ਚੱਲਿਆ, ਔਰ ਇੱਕ ਐਕਸੀਡੈਂਟ ਦਾ ਜਿਹੜਾ ਹੈਗਾ ਉਹ ਪੂਰਾ ਕਾਰਨ ਜਿਹੜਾ ਇਹਨਾਂ ਨੇ ਬਣਾਇਆ ਹੋਇਆ ਐਕਸੀਡੈਂਟ ਹੋਣ ਦਾ ਪੂਰਾ, ਕਿਤੇ ਨਾ ਕਿਤੇ ਐਕਸੀਡੈਂਟ ਹੋਣ ਨੂੰ ਜਿਹੜਾ ਹੈਗਾ ਉਹ ਇਹਨਾਂ ਨੇ ਇੱਕ ਮਾਹੌਲ ਬਣਾਇਆ ਹੋਇਆ। ਹਾਲਾਂਕਿ ਵਹੀਕਲਾਂ ਦਾ ਨੁਕਸਾਨ ਤਾਂ ਜ਼ਰੂਰ ਹੋਇਆ, ਪਰ ਕਿਤੇ ਨਾ ਕਿਤੇ ਜਾਨੀ ਨੁਕਸਾਨ ਹੋਣ ਦੇ ਵਿੱਚ ਜਿਹੜਾ ਹੈਗਾ ਉਹ ਪੂਰਾ ਲੱਗ ਰਿਹਾ ਕਿ ਸੜਕ ਦੇ ਵਿੱਚ ਖੜ੍ਹੇ ਇਹ ਜਾਨੀ ਨੁਕਸਾਨ ਵੀ ਜਿਹੜਾ ਹੈਗਾ ਕਰ ਸਕਦੇ ਆ। ਸੋ ਇਹ ਨੁਕਸਾਨ ਦੇ ਵਿੱਚ ਇੱਕ ਲੇਡੀ ਜਿਹੜੇ ਹੈਗੇ ਉਹ ਵੀ ਕਿਤੇ ਨਾ ਕਿਤੇ ਬਾਲ ਬਾਲ ਬਚੇ, ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਜ਼ਰਾ ਬੋਲਿਓ। ਮੈਂ ਪਾਠ ਪੂਜਾ ਕਰਨ ਚੱਲੀ ਸੀ ਆਪਦੇ ਘਰ ਅਤੇ ਪਸ਼ੂ ਅੱਗੇ ਆ ਗਏ ਢੱਠੇ, ਮੈਂ ਫਟਾਫਟ ਆਪਦਾ ਪਾਸੇ ਹੋ ਗਈ, ਉਹ ਉੱਤੋਂ ਦੀ ਚੜ੍ਹ ਗਏ, ਦੂਜੀ ਸਕੂਟਰੀ 'ਤੇ ਚੜ੍ਹ ਗਏ ਨਾਲ ਦੀ ਨਾਲ, ਅਤੇ ਮੈਂ ਪਾਸੇ ਹੋ ਗਈ ਫਟਾਫਟ, ਜਾਣ ਮਸਾਂ ਵੀ ਆਈ ਹੈ ਮੈਂ ਤਾਂ। ਲੱਗਦਾ ਤੁਹਾਨੂੰ ਤੁਸੀਂ ਸਾਈਡ 'ਤੇ ਨਾ ਹੁੰਦੇ ਤੁਹਾਨੂੰ ਹੀ ਮਾਰ ਦਿੰਦੇ? ਹਾਂ, ਉਹ ਮੇਰੇ ਨੂੰ ਵੀ ਮਾਰ ਸਕਦੇ ਸੀ ਜੇ ਮੈਂ ਪਾਸਾ ਨਾ ਕਰਦੀ ਲੰਘਦੀ ਨਾ। ਕੀ ਮੈਸੇਜ ਦੇਣਾ ਚਾਹੁੰਦੇ ਤੁਸੀਂ ਸਰਕਾਰਾਂ ਨੂੰ ਜਿਹੜੇ ਜਿਹੜੇ ਇਕੱਠੇ ਇਸ ਤਰ੍ਹਾਂ ਤੁਰੇ ਫਿਰਦੇ ਨੇ? ਅਸੀਂ ਕਹਿੰਦੇ ਜੀ ਪਸ਼ੂ ਪਾਸੇ ਹੋਣੇ ਚਾਹੀਦੇ ਆ, ਅੱਜ ਸਾਨੂੰ ਮਾਰ ਸਕਦਾ ਕੱਲ੍ਹ ਨੂੰ ਬੱਚਿਆਂ ਨੂੰ ਵੀ ਮਾਰ ਸਕਦਾ ਜੀ। ਹਾਂਜੀ ਬਿਲਕੁਲ, ਇਹਨਾਂ ਦੀ ਗੱਲ ਸਹੀ ਹੈ। ਔਰ ਜਿਹੜੇ ਡੈਮੇਜ ਹੋਏ ਉਹਨਾਂ ਦੇ ਜਿਹੜੇ ਓਨਰ ਹੈ, ਅਸੀਂ ਉਹਨਾਂ ਨਾਲ ਗੱਲ ਕਰਦੇ ਹੋ, ਇਹਦੇ ਬਾਰੇ ਸਾਨੂੰ ਕੀ ਜਾਣਕਾਰੀ ਦੇਣੀ ਆ ਸਰ, ਕੀ ਕਹਿਣਾ ਚਾਹੁੰਦੇ ਤੁਸੀਂ? ਸਰ ਜਿਹੜੇ ਇਹ ਵਹੀਕਲ ਹੈ ਇਹ ਡੈਮੇਜ ਜ਼ਰੂਰ ਹੋਇਆ, ਸਾਡਾ ਬਹੁਤ ਨੁਕਸਾਨ ਹੋਇਆ ਇਹਦੇ ਵਿੱਚ, ਅਤੇ ਸਾਰੀ ਜਿੰਨੀ ਵੀ ਗਲਤੀ ਹੈਗੀ ਹੈ ਇਹ ਪ੍ਰਸ਼ਾਸਨ ਦੀ ਹੈਗੀ ਹੈ। ਪ੍ਰਸ਼ਾਸਨ ਇਹਦੇ ਵਿੱਚ ਕੁਛ ਵੀ ਨਹੀਂ ਕਰਦਾ ਪਿਆ। ਜਦੋਂ ਆਪਾਂ ਕੋਈ ਵੀ ਵਹੀਕਲ ਐਕਸੀਡੈਂਟ ਕੋਈ ਵਹੀਕਲ ਲੈਂਦੇ ਹਾਂ, ਸਾਡੇ ਤੋਂ 1000 ਰੁਪਈਆ ਟੈਕਸ ਲੈਂਦੇ ਆ, ਕੋਈ ਅਸਲਾ ਲਾਇਸੈਂਸ ਬਣਾਉਂਦੇ ਆ ਉਹਦੇ ਵਿੱਚ 20,000 ਰੁਪਈਆ ਗਊ ਦਾ ਲੈਂਦੇ ਆ, ਉਸ ਤੋਂ ਕੋਈ ਵੀ ਗੱਡੀ ਲੈਂਦੇ ਹਾਂ ਆਪਾਂ ਨਵੀਂ ਉਹਦੇ ਵਿੱਚ ਵੀ 5-5 10 ਤੋਂ 15-15 ਗਊ ਦਾ ਲੈਂਦੇ ਆ। ਪ੍ਰਸ਼ਾਸਨ ਦੇ ਵਿੱਚ ਜਮ੍ਹਾਂ ਵੀ ਧਿਆਨ ਹੈ ਨੀਗਾ, ਅਤੇ ਸਾਰਾ ਪ੍ਰਸ਼ਾਸਨ ਦਾ ਕਸੂਰ ਹੈ, ਇਹ ਆਪਦੀਆਂ ਜੇਬਾਂ ਭਰਨ 'ਤੇ ਲੱਗੇ ਹੋਏ ਆ, ਇਹਨਾਂ ਦਾ ਆਮ ਪਬਲਿਕ ਵਾਲੀ ਕੋਈ ਧਿਆਨ ਨਹੀਂ। ਹੁਣ ਵੀ ਤੁਸੀਂ ਮੇਰੇ ਚਾਰੇ ਪਾਸੇ ਦੇਖ ਸਕਦੇ ਹੋ, ਘੱਟੋ ਘੱਟ 20 ਤੋਂ ਲੈ ਕੇ 25 ਇਕੱਠੇ ਗਊਆਂ ਫਿਰਦੀ ਹੋਣਗੇ ਜਿਨ੍ਹਾਂ ਨੂੰ ਕੋਈ ਸਾਹਮਣ ਵਾਲਾ ਹੈ ਨੀਗਾ। ਸਾਨੂੰ ਤਾਂ ਇਹੀ ਹੈ ਕਿ ਕਮ ਸੇ ਕਮ ਜਿਹੜੇ ਅਵਾਰਾ ਇਹ ਪਸ਼ੂ ਫਿਰਦੇ ਆ ਇਹਨੂੰ ਸਹੀ ਤਰੀਕੇ ਨਾਲ ਸਮਝ ਆਵੇ। ਚਲੋ ਇਹਦਾ ਸਾਡੇ ਵਹੀਕਲ ਸੀ, ਸਾਡਾ ਨੁਕਸਾਨ ਹੋ ਗਿਆ, ਚਲੋ ਕੋਈ ਨਹੀਂ ਕਲੇਮ ਵੀ ਮਿਲ ਜਾਣਗੇ, ਸਾਰਾ ਕੁਛ ਹੋ ਜੂਗਾ, ਕੋਈ ਪ੍ਰੋਬਲਮ ਨਹੀਂ, ਨਾ ਮਿਲਣਗੇ ਅਸੀਂ ਜੇਬਾਂ 'ਚ ਪੇ ਕਰ ਲਾਂਗੇ। ਪਰ ਇਹਨਾਂ ਜਿਹੜੇ ਰੋਡ ਐਕਸੀਡੈਂਟ ਹੁੰਦੇ ਆ, ਇੰਨੇ ਲੋਕ ਮਰਦੇ ਆ, ਉਹਦਾ ਕੌਣ ਜ਼ਿੰਮੇਵਾਰ ਹੈ? ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੈ, ਪ੍ਰਸ਼ਾਸਨ ਇਸ ਚੀਜ਼ ਨੂੰ ਸਮਝਦੇ ਨੇ ਪਿਆ। ਤੁਹਾਡਾ ਵਹੀਕਲ ਜਿਹੜਾ ਹੈਗਾ ਦੇਖਣ ਤੋਂ ਤਾਂ ਕਾਫੀ ਨਵੇਂ ਲੱਗਦੇ ਵਹੀਕਲ, ਤੁਹਾਨੂੰ ਕੀ ਲੱਗਦਾ ਕਿੰਨੇ ਦਾ ਨੁਕਸਾਨ ਹੋ ਗਿਆ ਦੋਨੇ ਵਹੀਕਲਾਂ ਦਾ? ਜਿਹੜਾ ਮੇਰਾ ਵਹੀਕਲ ਹੈ, ਜਿਹੜੇ ਮੇਰਾ ਵਹੀਕਲ ਡੈਮੇਜ ਹੋਇਆ, ਮੈਂ 19/2/2019 ਮਤਲਬ ਤੁਸੀਂ ਮੰਨ ਕੇ ਚਲੋ 5.5 ਮਹੀਨੇ ਪਹਿਲਾਂ ਇਹ ਵਹੀਕਲ ਮੈਂ ਆਪਦਾ ਖਰੀਦਿਆ ਜੀ, ਹਜੇ ਇਹਦੀ ਮੈਂ RC ਵੀ ਨਹੀਂ ਉਹਨਾਂ ਦੇ ਕੋਲੋਂ ਲੈ ਕੇ ਆਇਆ। ਜੇਕਰ ਮੈਂ ਸਪੋਜ਼ ਕਰੋ ਇਹਦਾ ਹੁਣ ਕੰਪਨੀ ਦੇ ਵਿੱਚੋਂ ਜਿਹੜੀ ਵੀ ਏਜੰਸੀ ਹੈ ਇੱਥੇ ਹੋਂਡਾ ਦੀ ਗਿਆਨ ਹੁੰਦਾ ਹੈਗੀ ਇਹਦਾ ਕੰਮ ਕਰਾਵਾਂ, ਤਾਂ 30-35,000 ਰੁਪਏ ਦਾ ਨੁਕਸਾਨ ਹੈ। ਵੈਸੇ ਨੁਕਸਾਨ ਤਾਂ ਹੋ ਜੂਗਾ, ਪੂਰਾ ਹੋ ਜੂਗਾ, ਪਰ ਇਹ ਡੈਮੇਜ ਇੰਨਾ ਹੋ ਚੁੱਕਿਆ ਮੇਰੇ ਹਿਸਾਬ ਨਾਲ, ਇਹ ਰਿਪੇਅਰ ਕਰਾ ਕੇ ਵੀ ਉਹ ਗੱਲ ਬਣਨੀ ਨਹੀਂ ਸਕਦੀ। ਤੁਸੀਂ ਇੱਕ ਵਹੀਕਲ ਦਾ ਦੱਸ ਰਹੇ ਹੋ, ਦੂਸਰੇ ਵਹੀਕਲ ਦਾ ਕਿੰਨਾ ਨੁਕਸਾਨ ਹੋਇਆ? ਦੂਸਰੇ ਵਹੀਕਲ ਦਾ 18-20,000 ਰੁਪਏ ਦਾ ਨੁਕਸਾਨ ਹੈ। ਜਿਹੜੇ ਗਊ ਟੈਕਸ ਜਿਹੜੇ ਕੱਟੇ ਜਾਂਦੇ ਆ ਉਹ ਸਰਕਾਰਾਂ ਜਿਹੜੇ ਹੈਗੇ ਲੋਕਾਂ ਨਾਲ ਇੱਕ ਤਰ੍ਹਾਂ ਦੀ ਜਿਹੜੀ ਹੈਗੀ ਠੱਗੀ ਮਾਰ ਰਹੇ ਆ, ਇਹੀ ਕਹਿ ਰਹੇ ਹੋ ਤੁਸੀਂ? ਬਿਲਕੁਲ ਬਿਲਕੁਲ ਸਰ, ਅਸੀਂ ਪਹਿਲਾਂ ਵੀ ਕਮੇਟੀ ਨੂੰ ਜਾ ਕੇ ਪ੍ਰਸ਼ਾਸਨ ਨੂੰ ਕਹਿ ਕੇ ਕਈ ਵਾਰੀ ਕਹਿ ਚੁੱਕੇ ਹੈ ਕਿ ਇਹਦੇ ਬਾਰੇ ਕੋਈ ਹੱਲ ਕੀਤਾ ਜਾਵੇ, ਪਰ ਪ੍ਰਸ਼ਾਸਨ ਦੇ ਇਸ ਵੱਲ ਕੋਈ ਧਿਆਨ ਨਹੀਂ ਜੀ। ਜਦੋਂ ਕੋਈ ਚੰਗਾ ਬੰਦਾ ਇਹਨਾਂ ਕੋਲ ਜਾਂਦਾ ਉਹ ਤਾਂ ਸਫਾਈਆਂ 'ਤੇ ਵੀ ਜ਼ੋਰ ਦੇ ਦਿੰਦੇ ਆ, ਹੋਰ ਕੰਮ ਵੀ ਕਰਨ ਲੱਗ ਜਾਂਦੇ ਆ, ਇੰਨੇ ਲੋਕ ਮਾਰੇ ਆ ਉਹਨਾਂ ਵੱਲ ਇਹਨਾਂ ਦਾ ਧਿਆਨ ਹੀ ਕੋਈ ਨਹੀਂ ਗਾ, ਕਿਉਂਕਿ ਆਮ ਪਬਲਿਕ ਨੂੰ ਇਹ ਬੰਦਾ ਸਮਝਦੇ ਨਹੀਂ, ਕਿਉਂਕਿ ਇਹਨਾਂ ਨੂੰ ਸਿਰਫ ਆਪਦੇ ਕੰਮ ਦਾ ਮਤਲਬ ਵੀ ਸਾਡੀ ਜੇਬ 'ਚ ਪੈਸੇ ਕਿੱਥੋਂ ਹੋਣਗੇ, ਜਾਂ ਤਾਂ ਡੰਡੇ ਨਾਲ ਚੱਲਦੇ ਆ ਜੀ ਜਾਂ ਇਹ ਪੈਸਿਆਂ ਨਾਲ ਚੱਲਦੇ ਆ। ਹੁਣ ਤੁਹਾਨੂੰ ਪ੍ਰਸ਼ਾਸਨ ਤੋਂ ਤੁਹਾਨੂੰ ਕੀ ਮੰਗ ਤੁਹਾਡੀ? ਪ੍ਰਸ਼ਾਸਨ ਸਾਨੂੰ ਇਹੀ ਮੰਗ ਹੈ ਜੀ, ਜੋ ਸਾਡਾ ਨੁਕਸਾਨ ਹੋਇਆ ਉਹ ਤਾਂ ਉਹਨਾਂ ਨੇ ਭਰਨਾ ਹੈ ਨਹੀਂ ਗਾ, ਉਹ ਅਸੀਂ ਇੰਨੀਆਂ ਇਹਨਾਂ ਨੂੰ ਕੰਪਲੇਟਾਂ ਪਹਿਲਾਂ ਵੀ ਕੀਤੀਆਂ, ਪਹਿਲਾਂ ਵੀ ਇਹਨਾਂ ਨੇ ਕੋਈ ਗੱਲ ਨਹੀਂ ਸੁਣੀ ਜੀ। ਅਸੀਂ ਤਾਂ ਇਹ ਚਾਹੁੰਦੇ ਵੀ ਜਿਹੜੇ ਅਵਾਰਾ ਪਸ਼ੂ ਫਿਰਦੇ ਆ ਜਾਂ ਤਾਂ ਇਹਨਾਂ ਨੂੰ ਕਿਸੇ ਗਊਸ਼ਾਲੇ 'ਚ ਭੇਜਿਆ ਜਾਵੇ, ਜਾਂ ਕੋਈ ਇਹਨਾਂ ਵਿੱਚ ਸਪੈਸ਼ਲ ਕੋਈ ਇਹੋ ਜਿਹੀ ਜਗ੍ਹਾ ਬਣਾਈ ਜਾਵੇ ਜਿੱਥੇ ਜਿੰਨੇ ਵੀ ਇਕੱਠੇ ਹੈਗੇ ਉਹਨਾਂ ਨੂੰ ਸਾਂਭਿਆ ਜਾ ਸਕੇ। ਕਿਉਂਕਿ ਜਿਹੜਾ ਮੇਰਾ ਵਹੀਕਲ ਹੈਗਾ ਇਹਦਾ ਨੁਕਸਾਨ ਤਾਂ ਹੋ ਗਿਆ,
ਇਹਦਾ ਨੁਕਸਾਨ ਸਿੱਧੇ ਤੌਰ 'ਤੇ ਪ੍ਰਸ਼ਾਸਨ ਅਤੇ ਗਊਸ਼ਾਲਾ ਨੂੰ ਭਰਨਾ ਪੈਣਾ ਹੈ, ਕਿਉਂਕਿ ਜਿਹੜਾ ਇਹ ਨੁਕਸਾਨ ਗਊਸ਼ਾਲਾ ਜਿੰਨਾ ਮਤਲਬ ਕਿ ਟੈਕਸ ਦਾਨ ਜਾਂਦਾ ਹੈ ਉਹ ਕਿੱਥੇ ਜਾਂਦਾ? ਜੇ ਗਊਆਂ ਨੂੰ ਟੱਠਿਆਂ ਨੂੰ ਨਹੀਂ ਸਾਂਭ ਸਕਦੇ ਕੀ ਫਾਇਦਾ ਗਊਸ਼ਾਲਾ ਵੀ ਬਣਾਉਣ ਦਾ? ਜਾਂ ਤਾਂ ਫਿਰ ਗਊਸ਼ਾਲਾ ਬੰਦ ਕਰ ਦੇਣ, ਜਿਹੜੇ ਗਊਸ਼ਾਲਾ ਜਾਂ ਪ੍ਰਸ਼ਾਸਨ ਕੋਲ ਨਹੀਂ ਸਾਂਭਦਾ ਇਹ ਆਪਦੇ ਹੱਥ ਖੜ੍ਹੇ ਕਰ ਦੇਣ, ਅਸੀਂ ਆਪਦੀ ਐਨ ਜੀ ਓ ਵੱਲੋਂ ਗਊਸ਼ਾਲਾ ਸਾਂਭਣ ਤਿਆਰ ਹਾਂ, ਸ਼ਹਿਰ 'ਚ ਕੋਈ ਟੱਠਾ ਨਹੀਂ ਦਿਖਣ ਦੇਵਾਂਗੇ। ਪਿੱਛੇ ਜੇ ਇੱਕ ਲਹਿਰ ਉੱਠੀ ਸੀ, ਸ਼ਹਿਰ ਦੇ ਵਿੱਚ ਕੋਈ ਟੱਠਾ ਨਹੀਂ ਸੀਗਾ, ਜੋ ਵੀ ਸਰਕਾਰ ਸੀਗੀ ਉਹਨਾਂ ਨੇ ਵਧੀਆ ਕੰਮ ਕੀਤਾ, ਪਰ ਇਹ ਹੁਣ ਕੁਛ ਪੋਲੀਟੀਕਲ ਬੰਦਾਂ ਦੇ ਕਾਰਨ ਗਊਸ਼ਾਲਾ ਅਤੇ ਪ੍ਰਸ਼ਾਸਨ ਦੇ ਵਿੱਚ ਮਤਲਬ ਕਿ ਡਿਫਾਲਟ ਪਿਆ ਹੈ, ਇਹ ਇਹਦੇ ਕਾਰਨ ਹੀ ਨੁਕਸਾਨ ਹੁੰਦਾ। ਇੱਥੇ ਨਹੀਂ ਗਲੀ ਮੁਹੱਲੇ ਦੇ ਵਿੱਚ ਜਿੱਥੇ ਵੇਖੋ ਟੱਠੇ ਗਊਆਂ ਫਿਰਦੇ ਹੈ, ਇਹਨਾਂ ਦੀ ਕੋਈ ਕੇਅਰ ਨਹੀਂ। ਅਤੇ ਲਹਿਰ ਦੀ ਗੱਲ ਕਰੀਏ, ਲਹਿਰ ਤਾਂ ਚੱਲੀ ਸੀ, ਇਲੈਕਸ਼ਨ ਸੀ, ਉਦੋਂ ਇਲੈਕਸ਼ਨਾਂ ਕਰਕੇ ਜਿਹੜੀ ਹੈਗੀ ਆ ਜਿਹੜੇ ਇੱਥੋਂ ਦੇ ਲੀਡਰ ਸੀਗੇ ਉਹਨਾਂ ਨੇ ਆਪਣੇ ਨੰਬਰ ਬਣਾਉਣ ਵਾਸਤੇ ਇਹ ਕੁਛ ਕੀਤਾ ਸੀ, ਕੀ ਕਹੋਗੇ ਤੁਸੀਂ ਇਹਦੇ ਬਾਰੇ? ਨਹੀਂ, ਜੇ ਨੰਬਰ ਬਣਾਉਣ ਵਾਸਤੇ ਕੀਤਾ ਸੀ ਲਹਿਰ ਸੀ, ਪਰ ਕਿਤੇ ਨਾ ਕਿਤੇ ਲੋਕਾਂ ਨੂੰ ਤਾਂ ਰਾਹਤ ਮਿਲੀ ਸੀ ਨਾ, ਜਿਵੇਂ ਹੁਣ ਸਾਡਾ ਨੁਕਸਾਨ ਹੋਇਆ, ਹੁਣ ਇਹ ਗਊਸ਼ਾਲਾ ਨੂੰ ਜਾਂ ਪ੍ਰਸ਼ਾਸਨ ਨੂੰ ਭਰਨਾ ਪੈਣਾ। ਜੇ ਉਹਨਾਂ ਲਹਿਰ ਦੇ ਵਿੱਚ ਕੋਈ ਕੰਮ ਕੀਤਾ ਸੀ, ਲੋਕਾਂ ਨੂੰ ਤਾਂ ਸੁੱਖ ਸੀ ਨਾ, ਲੋਕਾਂ ਦੇ ਬੱਚੇ ਸਕੂਲੇ ਜਾਂਦੇ ਸੀ ਪੜ੍ਹਨ ਵਾਸਤੇ, ਕੋਈ ਦਿੱਕਤ ਨਹੀਂ ਸੀ, ਵਹੀਕਲ ਸਾਈਡ 'ਤੇ ਖੜ੍ਹੇ ਸੀ ਐਮਰਜੈਂਸੀ, ਹੁਣ ਸਾਡਾ ਵਹੀਕਲ ਜਮ੍ਹਾਂ ਕੰਧੇ ਨਾਲ ਸਾਈਡ 'ਤੇ ਖੜ੍ਹਾ ਸੀਗਾ, ਇੱਥੇ ਉਹ ਜ਼ਿਆਦਾ ਹੋਵੇ ਵਿਚਾਲੇ ਮਾੜੇ ਜਿਹੇ ਪਾਸੇ ਹੋਏ, ਫਿਰ ਵੀ ਮੰਡੀਆਂ ਵਿੱਚ ਲੋਕ ਕਿਤੇ ਨਾ ਕਿਤੇ ਆਪਣੀ ਗਲਤੀ ਹੈ, ਪਰ ਜਮ੍ਹਾਂ ਸਾਈਡ 'ਤੇ ਖੜ੍ਹਾਉਣ ਦੇ ਬਾਵਜੂਦ ਟੱਠੇ ਲੜਦੇ ਆ ਕਿ ਨੁਕਸਾਨ ਕਰ ਦਿੰਦੇ, ਹੁਣ ਬੰਦਾ ਦੇ ਘਰ ਵਿੱਚ ਹੀ ਸੇਫ ਹੋਈਆਂ, ਦੁਕਾਨ ਵਿੱਚ ਸੇਫ ਹੋਈ, ਕਿੱਥੇ ਸੇਫ ਹੈ? ਸੋ ਇਹਨਾਂ ਦਾ ਇਹੀ ਕਹਿਣਾ ਕਿ ਜਿਹੜਾ ਵਹੀਕਲ ਜਿਹੜੇ ਹੈਗੇ ਨਾ ਵਹੀਕਲ ਸੇਫ ਹੈ, ਅਤੇ ਨਾ ਜਿਹੜੇ ਆਮ ਪਬਲਿਕ ਜਿਹੜੀ ਤੁਰੀ ਫਿਰਦੀ ਆ ਉਹ ਸੇਫ ਹੈ। ਮੈਂ ਸੁਨੀਲ ਜਿੰਦਲ, ਸਿਟੀ ਆਫ ਨਿਊਜ਼, ਕੋਟਕਪੁਰਾ।